ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਜੀ। ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ। ਅਸੀਂ ਜਾ ਰਹੇ ਹਾਂ ਜੀ ਅੱਜ ਲੁਧਿਆਣੇ ਨੂੰ, ਔਰ ਈਵਨਿੰਗ ਟਾਈਮ ਹੈਗਾ। ਦੇਖੋ ਜੀ ਸੂਰਜ ਛਿਪ ਰਿਹਾ ਏ ਅਤੇ ਅਸੀਂ ਬਸ ਲੁਧਿਆਣੇ ਦੇ ਨੇੜੇ ਤੇੜੇ ਪਹੁੰਚਣ ਵਾਲੇ ਹਾਂ। ਅੱਜ ਅਸੀਂ ਜਾ ਰਹੇ ਹਾਂ ਜੀ ਡਾਕਟਰ ਸਾਹਿਬ ਦੀ ਭੂਆ ਜੀ ਦੇ ਬੇਟੇ ਦੇ ਘਰ ਲੁਧਿਆਣੇ। ਉੱਥੇ ਅਸੀਂ ਨਾਈਟ ਸਟੇਅ ਕਰਾਂਗੇ ਅਤੇ ਕੱਲ੍ਹ ਨੂੰ ਵੀ ਸਾਡਾ ਇੱਕ ਪ੍ਰੋਗਰਾਮ ਜਿਹਾ ਹੈਗਾ ਏ। ਕੱਲ੍ਹ ਸਵੇਰੇ ਜਾਵਾਂਗੇ ਜੀ ਅਸੀਂ, ਫਿਰ ਡਾਕਟਰ ਸਾਹਿਬ ਦੇ ਕਿੱਥੇ ਬੈਸਟ ਫਰੈਂਡ ਨੇ ਉਹਨਾਂ ਦੇ ਘਰ ਜਾਵਾਂਗੇ। ਉਹਨਾਂ ਨੇ ਨਾ ਪਾਠ, ਸਧਾਰਨ ਪਾਠ ਦਾ ਭੋਗ ਹੈਗਾ ਏ। ਉਹਨਾਂ ਨੇ ਆਪਣੇ ਬਰਥਡੇ ਦੀ ਖੁਸ਼ੀ ਵਿੱਚ ਪਾਠ ਕਰ ਰਹੇ ਸੀ ਅਤੇ ਉਹਦਾ ਭੋਗ ਉਹਨਾਂ ਨੇ ਕੱਲ੍ਹ ਨੂੰ ਪਾਉਣਾ ਅਤੇ ਇਨਵਾਈਟ ਕੀਤਾ ਸੀ ਡਾਕਟਰ ਸਾਹਿਬ ਨੂੰ, ਅਤੇ ਸਵੇਰੇ ਆਪਾਂ ਉੱਥੇ ਜਾਵਾਂਗੇ। ਚਲੋ ਜੀ ਅਸੀਂ ਬਸ ਲੁਧਿਆਣੇ ਹੁਣ ਪਹੁੰਚ ਗਏ। ਲੁਧਿਆਣੇ ਪਹੁੰਚ ਗਏ ਜੀ ਅਸੀਂ ਗਿੱਲਾਂ ਵਾਲੀ ਨਹਿਰ 'ਤੇ। ਹੁਣ ਅਸੀਂ ਇੱਧਰ ਲੈਫਟ ਸਾਈਡ ਨੂੰ ਟਰਨ ਕਰ ਜਾਵਾਂਗੇ। ਬਾਕੀ ਚਲੋ ਜੀ ਮਿਲਦੇ ਹਾਂ ਆਪਾਂ ਉੱਥੇ ਪਹੁੰਚ ਕੇ ਘਰ। ਦੇਖਾਂਗੇ ਜੇ ਤਾਂ ਟਾਈਮ ਲੱਗਿਆ ਵੀਡੀਓ ਬਣਾਉਣ ਦਾ, ਕਿਉਂਕਿ ਗੱਲਾਂ ਹੀ ਨਹੀਂ ਫਿਰ ਮੁੱਕਦੀਆਂ ਹੁੰਦੀਆਂ ਹੈਗੀਆਂ, ਕਿਉਂਕਿ ਅਸੀਂ 1 ਸਾਲ ਬਾਅਦ ਜਾ ਰਹੇ ਹਾਂ। ਉਹਨਾਂ ਦੀ ਬੇਟੀ ਦੀ ਮੈਰਿਜ 'ਤੇ ਗਏ ਸੀ ਅਤੇ ਹੁਣ ਜਾ ਰਹੇ ਹਾਂ ਅਸੀਂ। ਲਓ ਜੀ ਪਹੁੰਚ ਗਿਆ ਜੀ ਅਸੀਂ ਉਹਨਾਂ ਦੇ ਕੰਪਲੈਕਸ ਦੇ ਨੇੜੇ ਪਹੁੰਚ ਗਿਆ। ਅਸੀਂ ਗੇਟ ਦੇ ਅੰਦਰ ਐਂਟਰ ਕਰ ਗਏ ਹਾਂ। ਆ ਜਾਓ ਜੀ ਮੈਂ ਉਹਨਾਂ ਦੇ ਘਰ ਦਾ ਹਾਊਸ ਟੂਰ ਕਰਾਵਾਂ। ਪਹੁੰਚ ਤਾਂ ਅਸੀਂ ਕਾਫੀ ਦੇਰ ਦੇ ਗਏ ਸੀ ਅਤੇ ਇੱਥੋਂ ਐਂਟਰੀ ਸਟਾਰਟ ਹੁੰਦੀ ਹੈ। ਇੱਧਰ ਡਾਕਟਰ ਸਾਹਿਬ ਬੈਠੇ ਹੈ, ਆਪਣੇ ਬ੍ਰਦਰ ਦੇ ਨਾਲ ਗੱਲਾਂ ਮਾਰ ਰਹੇ ਨੇ। ਇਹ ਹੈਗਾ ਜੀ ਉਹਨਾਂ ਦਾ ਲਿਵਿੰਗ ਏਰੀਆ। ਸਾਡੇ ਭੂਆ ਜੀ ਫੁੱਫੜ ਜੀ ਦੀ ਫੋਟੋ ਲੱਗੀ ਹੋਈ ਹੈ ਉੱਪਰ। ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਹੈ, ਬਹੁਤ ਹੀ ਸੋਹਣੀ ਲਾਈਟਿੰਗ ਕੀਤੀ ਹੋਈ ਹੈ। ਇੱਧਰ ਕਿਚਨ ਏਰੀਆ ਵਿਦ ਡਾਈਨਿੰਗ, ਬਹੁਤ ਹੀ ਖੁੱਲ੍ਹੇ ਡੁੱਲੇ ਓਪਨ ਕਿਚਨ ਹੈਗੀ ਹੈ। ਲਾਈਟਿੰਗ ਬਹੁਤ ਸੋਹਣੀ ਕਰੀ ਹੋਈ ਹੈ। ਇਹਨਾਂ ਨੇ ਨਿਊ ਹਾਊਸ ਲਿਆ ਹੈ ਜੀ ਇਹ। ਇਹਨਾਂ ਦਾ ਇੱਕ ਹੋਰ ਫਲੈਟ ਵੀ ਹੈਗਾ ਅਤੇ ਨਵਾਂ ਲਿਆ ਹੈ ਅਤੇ ਹਾਲੇ ਇਹਦਾ ਕੰਮ ਚੱਲ ਰਿਹਾ ਹੈ। ਇਹ ਹੈਗਾ ਜੀ 3 ਬੈਡਰੂਮ ਸੈੱਟ, 1 ਬੈਡਰੂਮ ਇਹਨਾਂ ਦਾ ਆਹ ਵਾਲਾ ਹੈਗਾ ਹੈ। ਇਹਦੇ ਉੱਪਰ ਡਾਊਨ ਸੀਲਿੰਗ ਬਹੁਤ ਸੋਹਣੀ ਲੱਗ ਰਹੀ ਹੈ। ਅਤੇ 2nd ਬੈਡਰੂਮ ਇੱਧਰ ਹੈਗਾ ਜੀ ਆਹ ਵਾਲਾ 2nd ਬੈਡਰੂਮ। ਇਹਦੀ ਵੀ ਉੱਪਰ ਬਹੁਤ ਹੀ ਪਿਆਰੀ ਲਾਈਟਿੰਗ ਔਰ ਡਾਊਨ ਸੀਲਿੰਗ। ਥਰਡ ਬੈਡਰੂਮ ਆਹ ਵਾਲਾ ਹੈਗਾ ਹੈ ਔਰ ਬਾਕੀ ਆਹ ਹੈਗਾ ਜੀ ਡਰਾਇੰਗ ਰੂਮ। ਬਹੁਤ ਪਿਆਰਾ ਬਣਿਆ ਹੈ ਡਰਾਇੰਗ ਰੂਮ, ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੈ, ਲਾਈਟਿੰਗ ਬੜੀ ਵਧੀਆ ਲੱਗ ਰਹੀ ਹੈ। ਮੋਦੀ ਗਾਰੰਟੀ ਹੈ, ਭਾਈ ਛੋੜੋ ਗਾਰੰਟੀ ਹੈ।
ਇੱਧਰ ਹੈਗਾ ਜਿਨ੍ਹਾਂ ਦਾ ਬਾਹਰ ਦਾ ਏਰੀਆ, ਵਿਹੜਾ ਕਹਿ ਲਓ, ਕਾਫੀ ਵੱਡਾ ਸਾਰਾ ਹੈਗਾ ਏ, ਬਹੁਤ ਵੱਡਾ ਵਿਹੜਾ ਹੈਗਾ ਏ। ਇੱਕ ਬੈਕ ਸਾਈਡ 'ਤੇ ਇਹਨਾਂ ਦੇ ਬਾਲਕਨੀ ਹੈਗੀ ਆ। ਗੁੱਡ ਮਾਰਨਿੰਗ, ਚਾਹ ਪੀ ਲਈ? ਸਾਨੂੰ ਚਾਹ ਵੀ ਪੀ ਲਈ ਤੇ ਸਾਨੂੰ ਹੁਣ ਅਸੀਂ ਬਚਪਨ ਦੀਆਂ ਗੱਲਾਂ ਕਰਦੇ ਆ, ਵੱਡੇ ਹੋਣ ਦੀਆਂ ਗੱਲਾਂ ਕਰਦੇ ਆ, ਅੱਛਾ ਦੀਆਂ ਗੱਲਾਂ ਕਰਦੇ ਆ। ਬਹੁਤ ਵਧੀਆ, ਵੱਡੇ ਹੋਏ ਵਧੀਆ ਵਧੀਆ, ਬਹੁਤ ਵਧੀਆ। ਗੁੱਡ ਮਾਰਨਿੰਗ, ਚਾਹ ਪੀਏ ਬਈ ਚਾਏ। ਚਲੋ ਓਕੇ ਜੀ, ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ। ਪਰਮਾਤਮਾ ਸਾਰਿਆਂ ਨੂੰ ਹੱਸਦੇ ਵੱਸਦੇ ਹਮੇਸ਼ਾ ਖੁਸ਼ ਰੱਖੇ।